ਹੈਲੋ ਐਵਰੀਵਨ, ਵੈਲਕਮ ਟੂ ਦਾ ਸੈਸ਼ਨ। ਅੱਜ ਦੀ ਕਲਾਸ 'ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਬੁੱਕ ਇਨਵਾਇਰਮੈਂਟਲ ਸਟੱਡੀਜ਼ ਜਾਂ ਵਾਤਾਵਰਣ ਆਪਾਂ ਕਹਿ ਸਕਦੇ ਹਾਂ, ਤੇ ਉਹਦਾ 8ਵਾਂ ਚੈਪਟਰ ਪੋਲਿਊਟੈਂਟਸ ਐਂਡ ਡਿਜ਼ੀਜ਼ ਯਾਨੀ ਪ੍ਰਦੂਸ਼ਣ ਅਤੇ ਰੋਗ ਬਾਰੇ। ਤੇ ਅੱਜ ਚਰਚਾ ਕਰਾਂਗੇ ਇਸ ਪਾਰਟ ਦੇ ਸਾਰ ਦੇ ਬਾਰੇ, ਜਿਹਦੇ ਵਿੱਚ ਤੁਹਾਨੂੰ ਇੰਪੋਰਟੈਂਟ ਗੱਲਾਂ ਬਾਰੇ ਪਤਾ ਚੱਲੂਗਾ। ਚਲੋ ਸ਼ੁਰੂ ਕਰਦੇ ਹਾਂ। ਉਹ ਸੰਗਠਕ ਜਾਂ ਕਾਰਕ ਜਿਨ੍ਹਾਂ ਕਾਰਨ ਵਾਤਾਵਰਣ ਵਿੱਚ ਮਾੜੀਆਂ ਤਬਦੀਲੀਆਂ ਆ ਜਾਂਦੀਆਂ ਹਨ, ਉਹਨਾਂ ਨੂੰ ਪ੍ਰਦੂਸ਼ਕ ਜਾਂ ਪੋਲਿਊਟੈਂਟਸ ਕਿਹਾ ਜਾਂਦਾ ਹੈ। ਕੁਦਰਤੀ ਵਿਘਟਨ ਦੇ ਆਧਾਰ ਤੇ ਪ੍ਰਦੂਸ਼ਕ ਦੋ ਤਰ੍ਹਾਂ ਦੇ ਹੁੰਦੇ ਹਨ, ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ। ਜੈਵ ਵਿਘਟਨਸ਼ੀਲ ਬਾਇਓਡੀਗ੍ਰੇਡੇਬਲ ਉਹ ਪ੍ਰਦੂਸ਼ਕ ਹਨ ਜੋ ਵਾਤਾਵਰਣ ਵਿੱਚ ਕੁਦਰਤੀ ਅਪਘਟਕਾਂ ਦੇ ਦੁਆਰਾ ਸਾਧਾਰਨ ਤੱਤਾਂ ਵਿੱਚ ਬਦਲੇ ਜਾਂਦੇ ਹਨ, ਜਿਵੇਂ ਲੱਕੜੀ, ਕੱਪੜਾ, ਸੀਵੇਜ ਆਦਿ। ਜੈਵ ਵਿਘਟਨਸ਼ੀਲ ਨੋਨ ਬਾਇਓਡੀਗ੍ਰੇਡੇਬਲ ਪ੍ਰਦੂਸ਼ਕਾਂ ਦਾ ਕੁਦਰਤੀ ਵਿਘਟਨ ਨਹੀਂ ਹੁੰਦਾ, ਜਿਵੇਂ ਪਲਾਸਟਿਕ, ਕੀਟਨਾਸ਼ਕ, ਮਰਕਰੀ, ਸ਼ੀਸ਼ਾ, DDT ਆਦਿ। ਠੀਕ ਹੈ। ਪੈਦਾਵਾਰ ਦੇ ਆਧਾਰ ਤੇ ਪ੍ਰਦੂਸ਼ਕ ਦੋ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਪ੍ਰਾਇਮਰੀ ਪ੍ਰਦੂਸ਼ਕ ਅਤੇ ਸੈਕੰਡਰੀ ਪ੍ਰਦੂਸ਼ਕ। ਪ੍ਰਾਇਮਰੀ ਪ੍ਰਦੂਸ਼ਕ ਉਹ ਖਤਰਨਾਕ ਰਸਾਇਣ ਹਨ ਜਿਹੜੇ ਸਿੱਧੇ ਵਾਯੂਮੰਡਲ ਵਿੱਚ ਪਹੁੰਚਦੇ ਹਨ ਅਤੇ ਉਸੇ ਹੀ ਹਾਲਤ ਵਿੱਚ ਕਾਇਮ ਰਹਿੰਦੇ ਹਨ ਜਿਸ ਹਾਲਤ ਵਿੱਚ ਇਹ ਵਾਯੂਮੰਡਲ ਵਿੱਚ ਦਾਖਲ ਹੋਏ ਸਨ। ਸੈਕੰਡਰੀ ਪੋਲਿਊਟੈਂਟਸ ਇਹ ਪ੍ਰਦੂਸ਼ਕ ਪ੍ਰਾਇਮਰੀ ਪ੍ਰਦੂਸ਼ਕਾਂ ਦੀ ਆਪਸੀ ਰਸਾਇਣਿਕ ਕਿਰਿਆਵਾਂ ਤੋਂ ਪੈਦਾ ਹੁੰਦੇ ਹਨ, ਜਿਵੇਂ ਸਲਫਿਊਰਿਕ ਐਸਿਡ, ਓਜ਼ੋਨ ਤੇ ਪਰੋਕਸਾਈਡ ਐਸੀਲਿਨ ਨਾਈਟ੍ਰੇਟ, ਜਿਹਨੂੰ ਆਪਾਂ ਪੈਨ ਕਹਿੰਦੇ ਹਾਂ। ਹੁਣ ਭੌਤਿਕ ਆਧਾਰ ਤੇ ਪ੍ਰਦੂਸ਼ਕ ਜਿਹੜੇ ਨੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਹਨ, ਠੋਸ, ਦ੍ਰਵ ਅਤੇ ਗੈਸੀ ਪ੍ਰਦੂਸ਼ਕ। ਉਦਯੋਗਿਕ ਠੋਸ ਰਹਿਣ ਖੂੰਹਦ, ਘਰੇਲੂ ਠੋਸ ਰਹਿਣ ਖੂੰਹਦ, ਖੇਤੀਬਾੜੀ ਰਹਿਣ ਖੂੰਹਦ, ਹਸਪਤਾਲਾਂ ਦੀ ਰਹਿਣ ਖੂੰਹਦ, ਖਨਨ ਦਾ ਰਹਿਣ ਖੂੰਹਦ ਆਦਿ ਠੋਸ ਪਦਾਰਥ ਪ੍ਰਦੂਸ਼ਕ ਹੈਗੇ ਨੇ। ਉਦਯੋਗਿਕ ਠੋਸ ਰਹਿਣ ਖੂੰਹਦ ਇੰਡਸਟਰੀਅਲ ਸੋਲਿਡ ਵੇਸਟ ਵਿੱਚ ਨਿਰਮਾਣ ਕੰਮ ਦੇ ਪਦਾਰਥਾਂ ਦਾ ਬਚਿਆ ਠੋਸ ਪਦਾਰਥ, ਕੋਲੇ ਅਤੇ ਲੱਕੜੀ ਦੇ ਬਾਲਣ ਤੋਂ ਬਾਅਦ ਬਚੀ ਸਵਾਹ, ਪੈਕਿੰਗ ਸਮਾਨ ਦੀਆਂ ਲੱਕੜੀਆਂ, ਸੂਤੀ, ਉੱਨੀ ਅਤੇ ਨਾਇਲਨ ਦੀਆਂ ਰੱਸੀਆਂ ਆਦਿ ਸ਼ਾਮਲ ਹੈਗੀਆਂ। ਪਲਾਸਟਿਕ ਦੇ ਟੁਕੜੇ, ਪੋਲੀਥੀਨ ਬੈਗ, ਕੰਚ ਦੇ ਟੁੱਟੇ ਭਾਂਡੇ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਕਾਗਜ਼, ਖਾਲੀ ਡੱਬੇ, ਤਾਂਤਾਂ ਦੇ ਟੁਕੜੇ, ਕੱਪੜੇ ਆਦਿ ਘਰੇਲੂ ਰਹਿਣ ਖੂੰਹਦ ਡੋਮੈਸਟਿਕ ਸੋਲਿਡ ਵੇਸਟ ਠੋਸ ਪ੍ਰਦੂਸ਼ਕ ਹੈਗੇ ਨੇ। ਖੇਤੀਬਾੜੀ ਪ੍ਰਦੂਸ਼ਕ ਜਿਵੇਂ ਕੀਟਨਾਸ਼ਕਾਂ ਦੇ ਖਾਲੀ ਡੱਬੇ, ਰੱਸੀ ਦੇ ਟੁਕੜੇ, ਪਲਾਸਟਿਕ, ਬਚੀਆਂ ਹੋਈਆਂ ਫਸਲਾਂ ਦੀ ਰਹਿਣ ਖੂੰਹਦ, ਡੰਗਰਾਂ ਦਾ ਗੋਹਾ, ਖਾਦਾਂ ਆਦਿ ਹੈਗੇ ਨੇ। ਹਸਪਤਾਲਾਂ ਦੀ ਰਹਿਣ ਖੂੰਹਦ ਜਿਵੇਂ ਪਲਾਸਟਿਕ ਦੀਆਂ ਬੋਤਲਾਂ, ਸੁੱਟੀਆਂ ਹੋਈਆਂ ਸਰਿੰਜਾਂ, ਲਹੂ ਨਾਲ ਲਿਬੜੀ ਹੋਈ ਹੁੰਦ ਪੱਟੀਆਂ, ਦਵਾਈਆਂ ਆਦਿ। ਖਨਨ ਕਿਰਿਆ ਵਿੱਚ ਬਹੁਤ ਸਾਰੇ ਪ੍ਰਦੂਸ਼ਕ ਜਿਵੇਂ ਚਟਾਨਾਂ ਦੇ ਟੁਕੜੇ, ਮਿੱਟੀ, ਪੱਥਰ ਆਦਿ ਨਿਕਲਦੇ ਹੈਗੇ ਨੇ। ਦ੍ਰਵ ਅਵਸਥਾ ਵਾਲੇ ਪ੍ਰਦੂਸ਼ਕ ਜਲਦੀ ਅਸਰ ਕਰਦੇ ਹਨ। ਹੁਣ ਘਰੇਲੂ ਦਵ ਦੂਸ਼ਕ ਡੋਮੈਸਟਿਕ ਲਿਕੁਇਡ ਪੋਲਿਊਟੈਂਟਸ, ਮਲਮੂਤਰ, ਸਾਬਣ, ਡਿਟਰਜੈਂਟ,
ਨਦੀਨ ਜੀਵਨਾਸ਼ਕ ਆਦਿ, ਖੇਤੀਬਾੜੀ ਵਾਲਾ ਪ੍ਰਦੂਸ਼ਕ ਐਗਰੀਕਲਚਰਲ ਲਿਕੁਇਡ ਪੋਲਿਊਟੈਂਟਸ ਦੇ ਵਿੱਚ ਕੀਟਨਾਸ਼ਕ, ਖਾਦਾਂ, ਜੀਵਨਾਸ਼ਕ ਆਦਿ ਆ ਜਾਂਦੇ ਨੇ। ਤੇਲ ਦਾ ਕੁਦਰਤੀ ਰਿਸਾਦ, ਟੈਂਕਰ ਡ੍ਰਿਲਿੰਗ, ਰਿਫਾਇਨਰੀ ਉਦਯੋਗ ਆਦਿ ਤੋਂ ਰਿਸਿਆ ਹੋਇਆ ਤੇਲ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਅੱਗੇ ਆ ਜਾਂਦਾ ਹੈ ਗੈਸੀਅਸ ਪੋਲਿਊਟੈਂਟ, ਜਿਹਨੂੰ ਆਪਾਂ ਕਹਿੰਦੇ ਹਾਂ ਗੈਸੀ ਦੂਸ਼ਕ। ਹਵਾ ਪ੍ਰਦੂਸ਼ਣ ਪੈਦਾ ਕਰਦਾ ਹੈ। ਇਹ ਜ਼ਿਆਦਾਤਰ ਉਦਯੋਗਾਂ ਅਤੇ ਮੋਟਰ ਗੱਡੀਆਂ ਵਿੱਚ ਪਥਰਾਟ ਬਾਲਣ ਬਲਣ ਯਾਨੀ ਫੋਸਿਲ ਫਿਊਲਸ ਤੋਂ ਪੈਦਾ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ WHO ਦੇ ਅਨੁਸਾਰ ਵਿਸ਼ਵ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਵਿੱਚੋਂ 23% ਜਿਹੜੀ ਹੈ ਵਾਤਾਵਰਣ ਪ੍ਰਦੂਸ਼ਣ ਨਾਲ ਸੰਬੰਧ ਰੱਖਦੀਆਂ ਨੇ। ਰੋਗ ਪੈਦਾ ਕਰਨ ਵਾਲੇ ਸੂਖਮ ਜੀਵ ਪੈਥੋਜਨਸ ਜਿਵੇਂ ਜੀਵਾਣੂ, ਵਿਸ਼ਾਣੂ, ਪਰਜੀਵੀ ਆਦਿ ਪ੍ਰਦੂਸ਼ਿਤ ਹਵਾ, ਪਾਣੀ ਅਤੇ ਮਿੱਟੀ ਵਿੱਚ ਪਾਏ ਜਾਂਦੇ ਹੈਗੇ ਨੇ। ਪ੍ਰਦੂਸ਼ਿਤ ਪਾਣੀ, ਭੋਜਨ, ਹਵਾ ਅਤੇ ਰੋਗੀ ਆਦਮੀ ਦੇ ਸਿੱਧੇ ਸੰਪਰਕ ਵਿੱਚ ਆਉਣ ਦੇ ਕਾਰਨ ਕਈ ਬਿਮਾਰੀਆਂ ਜਿਵੇਂ ਹੈਜ਼ਾ, ਮਿਆਦੀ ਬੁਖਾਰ, ਟੀਬੀ ਆਦਿ ਫੈਲਦੀਆਂ ਹੈਗੀਆਂ ਨੇ। ਹੁਣ ਕਈ ਦਾਵ ਠੋਸ ਅਤੇ ਗੈਸ ਦੀ ਪ੍ਰਦਰਸ਼ਕਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਵਿੱਚ ਦਿਲ ਵਿੱਚ ਖੂਨ ਦੇ ਦੌਰੇ ਦਾ ਠੀਕ ਨਾ ਹੋਣਾ, ਕੈਂਸਰ, ਸਾਹ ਨਲੀ ਵਿੱਚ ਸੋਜ, ਕੰਨਾਂ ਆਦਿ ਦੀਆਂ ਬਿਮਾਰੀਆਂ ਸ਼ਾਮਲ ਹਨ। ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਫੇਫੜੇ ਦਾ ਕੈਂਸਰ, ਐਸਬੈਸਟੋਸਿਸ, ਸਿਲੀਕੋਸਿਸ, ਸਿਰ ਦਰਦ, ਅੱਖਾਂ ਵਿੱਚ ਪਾਣੀ, ਗਲੇ ਵਿੱਚ ਪੀੜ, ਸਾਹ ਲੈਣ ਵਿੱਚ ਮੁਸ਼ਕਿਲ, ਅਸਥਮਾ, ਐਕਜ਼ੀਮਾ, ਐਲਰਜੀ ਆਦਿ ਹੈਗੇ ਨੇ। ਪ੍ਰਦੂਸ਼ਿਤ ਪਾਣੀ ਵਿੱਚ ਕਈ ਬਿਮਾਰੀਆਂ ਪੈਦਾ ਕਰਨ ਵਾਲੇ ਜੀਵ ਜਿਵੇਂ ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ, ਪਰਜੀਵੀ ਆਦਿ ਪਾਈ ਜਾਂਦੇ ਹੈਗੇ ਨੇ। ਪਾਣੀ ਸਰੋਤਾਂ ਵਿੱਚ ਸੀਵੇਜ ਦਾ ਨਿਕਾਸ ਇਹਨਾਂ ਜੀਵਨ ਦੇ ਪਨਪਣ ਦਾ ਸਭ ਤੋਂ ਵੱਡਾ ਸਾਧਨ ਹੈਗਾ। ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਟਾਈਫਾਇਡ, ਹੈਜ਼ਾ, ਪੇਚਿਸ਼, ਐਂਟੈਰੀਟਸ, ਹੈਪੇਟਾਈਟਸ, ਪੀਲੀਆ, ਡਾਇਰੀਆ ਆਦਿ ਹਨ। ਖੜੇ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਹਨ ਜੋ ਖਤਰਨਾਕ ਬਿਮਾਰੀਆਂ ਦੇ ਰੋਗ ਵਾਹਕ ਦਾ ਕੰਮ ਕਰਦੇ ਹਨ ਜਿਵੇਂ ਮਲੇਰੀਆ, ਫਿਲੇਰੀਆ, ਡੇਂਗੂ ਆਦਿ। ਹੁਣ ਗੱਲ ਕਰਦੇ ਹਾਂ ਮਰਕਰੀ ਦੀ। ਯੋਗਿਕਾ ਕੰਪਾਊਂਡਸ ਆਫ ਮਰਕਰੀ ਨਾਲ ਦੂਸ਼ਿਤ ਪਾਣੀ ਦੇ ਉਪਯੋਗ ਕਰਨ ਨਾਲ ਬੁੱਲ ਅਤੇ ਜੀਭ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਇਸ ਨਾਲ ਬੋਲਾਪਨ, ਮਾਨਸਿਕ ਕਮਜ਼ੋਰੀ ਅਤੇ ਅੱਖਾਂ ਦੀ ਕਮਜ਼ੋਰੀ ਹੋ ਜਾਂਦੀ ਹੈ। ਫਲੋਰਾਈਡ ਦੀ ਜ਼ਿਆਦਾ ਮਾਤਰਾ ਵਾਲਾ ਪਾਣੀ ਪੀਣ ਨਾਲ ਦੰਦਾਂ ਦਾ ਰੂਪ, ਰੰਗ ਖਰਾਬ ਹੋ ਜਾਂਦਾ ਹੈ ਅਤੇ ਹੱਡੀਆਂ ਸਖਤ ਹੋ ਜਾਂਦੀਆਂ ਹਨ ਅਤੇ ਜੋੜਾਂ ਵਿੱਚ ਦਰਦ ਹੁੰਦੀ ਹੈ। ਪਾਣੀ ਵਿੱਚ ਘੁਲੇ ਹੋਏ ਕੀਟਨਾਸ਼ਕ, ਕੈਂਸਰ, ਰਸੌਲੀ, ਕ੍ਰੋਮੋਸੋਮਲ ਬਦਲਾਵ, ਮਾਨਸਿਕ ਕਮਜ਼ੋਰੀ ਪੈਦਾ ਕਰਦੇ ਹਨ। ਹੁਣ ਉਹ ਪਦਾਰਥ ਜੋ ਆਪਣੀ ਭੌਤਿਕ ਜਾਂ ਰਸਾਇਣਿਕ ਵਿਸ਼ੇਸ਼ਤਾ ਦੇ ਕਾਰਨ ਮਨੁੱਖ ਅਤੇ ਹੋਰ ਜੀਵਾਂ, ਦਰਖਤਾਂ, ਛੋਟੇ ਜੀਵਾਂ, ਇਮਾਰਤਾਂ ਜਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ, ਉਹਨਾਂ ਨੂੰ ਖਤਰਨਾਕ ਪਦਾਰਥ ਕਹਿੰਦੇ ਹੈਗੇ ਆਪਾਂ। ਖਤਰਨਾਕ ਪਦਾਰਥ ਹੈਜ਼ਾਰਡਸ ਮਟੀਰੀਅਲਸ ਦੋ ਤਰ੍ਹਾਂ ਦੇ ਹੁੰਦੇ ਹਨ।
ਰੇਡੀਓ ਨਿਊਕਲੀਆਈ ਤੇ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਵਿੱਚ ਪਾਏ ਜਾਣ ਵਾਲੇ ਖਤਰਨਾਕ ਪਦਾਰਥ। ਹੁਣ ਰੇਡੀਓ ਨਿਊਕਲੀਆਈ ਦੀ ਜੇ ਗੱਲ ਕਰੀਏ, ਮੈਂ ਇੱਥੇ ਤੁਹਾਨੂੰ ਲਿਖ ਕੇ ਦੱਸਦੀ ਹਾਂ, ਇਹਨੂੰ ਏਦਾਂ ਲਿਖਿਆ ਜਾਂਦਾ ਹੈ, ਰੇਡੀਓ ਨਿਊਕਲੀਆਈਡ। ਉਹ ਨਾਭਿਕੀ ਪਦਾਰਥ ਹਨ ਜੋ ਪਰਮਾਣੂ ਰਿਐਕਟਰਾਂ, ਪਰਮਾਣੂ ਕੇਂਦਰਾਂ ਦੇ ਰਹਿੰਦ ਖੂੰਹਦ ਅਤੇ ਪਰਮਾਣੂ ਵਿਸਫੋਟਾਂ ਤੋਂ ਪੈਦਾ ਹੁੰਦੇ ਹਨ, ਜਿਵੇਂ ਆਇਓਡੀਨ 131, ਆਇਓਡੀਨ 129, ਸੀਜੀਐਮ 137, ਕਾਰਬਨ 14 ਆਦਿ ਹੋਰ ਵੀ ਹੁੰਦੇ ਹੈਗੇ ਨੇ। ਕਈ ਤਰ੍ਹਾਂ ਦੇ ਤੇਜ਼ਾਬ, ਡਾਇਓਕਸਿਨ, ਉਪਯੋਗਹੀਨ ਰਸਾਇਣ, ਹਸਪਤਾਲਾਂ ਦੇ ਦੂਸ਼ਿਤ ਪਦਾਰਥ, ਭਾਰੀਆਂ ਧਾਤਾਂ, ਕਾਰਬਨਿਕ ਘੁਲਣਸ਼ੀਲ ਕੀਟਨਾਸ਼ਕ ਆਦਿ ਵੀ ਖਤਰਨਾਕ ਪਦਾਰਥਾਂ ਅਤੇ ਰਹਿੰਦ ਖੂੰਹਦ ਪਦਾਰਥਾਂ ਵਿੱਚ ਆਉਂਦੇ ਹਨ। 26 ਅਪ੍ਰੈਲ 1986 ਨੂੰ ਸੋਵੀਅਤ ਯੂਨੀਅਨ ਦੇ ਜਿਹੜੇ ਚੈਰਨੋਬਾਇਲ ਪਲਾਂਟ ਹੈਗਾ, ਠੀਕ ਹੈ, ਪਲਾਂਟ ਦਾ ਨਾਮ ਹੈਗਾ ਜਿਵੇਂ ਆਪਾਂ ਫੈਕਟਰੀ ਕਹਿੰਦੇ ਹਾਂ, ਚੈਰਨੋਬਾਇਲ ਸੰਯੰਤਰ ਪਲਾਂਟ ਵਿੱਚ ਸਭ ਤੋਂ ਵੱਡੀ ਨਿਊਕਲੀਅਰ ਦੁਰਘਟਨਾ ਹੋਈ ਸੀ। ਇਸ ਦੁਰਘਟਨਾ ਦੇ ਕਾਰਨ ਵੱਡੀ ਗਿਣਤੀ ਵਿੱਚ ਰੇਡੀਓ ਐਕਟਿਵ ਪਦਾਰਥ ਹਵਾ ਮੰਡਲ ਵਿੱਚ ਫੈਲ ਗਏ ਸਨ। 1984 ਵਿੱਚ ਭਾਰਤ ਦੇ ਯੂਨੀਅਨ ਕਾਰਬਾਈਡ ਕੀਟਨਾਸ਼ਕ ਉਦਯੋਗ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਉਦਯੋਗਿਕ ਦੁਰਘਟਨਾ ਹੋਈ ਸੀ। ਇਸ ਦੁਰਘਟਨਾ ਵਿੱਚ ਮਿਥਾਈਲ ਆਈਸੋਸਾਇਨੇਟ ਜਿਹੜੀ ਹੈਗੀ ਹੈ ਭੰਡਾਰ ਟੈਂਕ ਵਿੱਚੋਂ ਲੀਕ ਹੋ ਗਈ ਸੀ ਤੇ ਨਾਲ ਦੀ ਨਾਲ 2,300 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਕਈ ਲੋਕ ਅੰਨੇ, ਬਾਂਝ, ਟੀਵੀ, ਕਲੇਜੇ ਅਤੇ ਕਿਡਨੀ ਰੋਗ ਦੇ ਸ਼ਿਕਾਰ ਹੋ ਗਏ ਸਨ। ਹੁਣ ਖਤਰਨਾਕ ਰਹਿਣ ਖੂੰਹਦ ਹੈਜ਼ਰਡਸ ਵੇਸਟ ਦੇ ਪ੍ਰਬੰਧ ਕਰਨ ਲਈ 3 ਵਿਧੀਆਂ ਅਪਣਾਈਆਂ ਜਾ ਸਕਦੀਆਂ ਹਨ। ਸੰਸਾਧਨਾਂ ਦਾ ਪ੍ਰਯੋਗ ਕਰਕੇ, ਘੱਟ ਖਤਰਨਾਕ ਪਦਾਰਥ ਵਿੱਚ ਬਦਲ ਕੇ ਅਤੇ ਲੰਬੇ ਸਮੇਂ ਲਈ ਸਟੋਰ ਕਰਕੇ। ਹੁਣ ਖਤਰਨਾਕ ਰਹਿਣ ਖੂੰਹਦ ਦੇ ਭੌਤਿਕ ਇਲਾਜ ਵਿੱਚ ਤਲਛਣ, ਸੈਡੀਮੈਂਟੇਸ਼ਨ, ਛਾਨਣਾ, ਫਿਲਟਰੇਸ਼ਨ ਪ੍ਰੋਵਾਈਡ ਕਰਨਾ, ਅਪਾ ਕੇਂਦਰੀਕਰਨ, ਵਾਸ਼ਵੀਕਰਨ ਆਦਿ ਸ਼ਾਮਿਲ ਹੈਗੇ ਨੇ। ਖਤਰਨਾਕ ਰਹਿਣ ਖੂੰਹਦ ਦੇ ਰਸਾਇਣਿਕ ਇਲਾਜ ਵਿੱਚ ਅਪਖੇਪਣ ਅਤੇ ਸੋਖਣ ਆਦਿ ਸ਼ਾਮਿਲ ਹੈਗੇ ਨੇ। ਖਤਰਨਾਕ ਰਹਿਣ ਖੂੰਹਦ ਦੇ ਜੈਵਿਕ ਇਲਾਜ ਵਿੱਚ ਇਹਨਾਂ ਦਾ ਛੋਟੇ ਜੀਵਾਂ ਦੁਆਰਾ ਅਪਕਟਨ ਕਰਵਾ ਕੇ ਇਹਨਾਂ ਨੂੰ ਘੱਟ ਖਤਰਨਾਕ ਬਣਾਇਆ ਜਾ ਸਕਦਾ ਹੈ। ਭਸਮੀਕਰਨ ਜਿਹਨੂੰ ਆਪਾਂ ਕਹਿੰਦੇ ਹਾਂ, ਇਨਸਿਨਰੇਸ਼ਨ ਠੋਸ ਖਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਚੰਗੀ ਵਿਧੀ ਹੈਗੀ ਹੈ। ਉਵੇਂ ਹੀ ਅੱਗੇ ਹੈਗੇ ਪਲਾਜ਼ਮਾ ਟੋਰਚ, ਇਹ ਵੀ ਇੱਕ ਤਰੀਕਾ ਹੈਗਾ। ਆ ਦੇਖੋ, ਇਹਦੇ ਵਿੱਚ 10,000 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪ ਪੈਦਾ ਕਰਨ ਅਤੇ ਖਤਰਨਾਕ ਰਹਿਣ ਖੂੰਹਦ ਨੂੰ ਹਾਨੀ ਰਹਿਤ ਗੈਸ ਵਿੱਚ ਬਦਲਣ ਦੀ ਸ਼ਕਤੀ ਹੁੰਦੀ ਹੈ। ਹੁਣ ਠੋਸ ਰਹਿਣ ਖੂੰਹਦ ਦੇ ਪ੍ਰਬੰਧਨ ਲਈ ਲੈਂਡਫਿਲ ਯਾਨੀ ਭੂਮੀ ਭਰਾਈ ਇੱਕ ਮਹੱਤਵਪੂਰਨ ਤਰੀਕਾ ਹੈਗਾ। ਲੈਂਡਫਿਲ ਵਿਸ਼ੇਸ਼ ਤਰ੍ਹਾਂ ਦੇ ਤਿਆਰ ਕੀਤੇ ਹੋਏ ਟੋਏ ਨੂੰ ਕਹਿੰਦੇ ਹਨ, ਜਿਸ ਵਿੱਚ ਖਤਰਨਾਕ ਫਾਲਤੂ ਨੂੰ ਲੰਬੇ ਸਮੇਂ ਤੱਕ ਇਕੱਠਾ ਕਰਕੇ ਰੱਖਿਆ ਜਾਂਦਾ ਹੈ।
ਤੇ ਇਹ ਸੀਗਾ ਇਸ ਪਾਠ ਦਾ ਸਾਰ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਾਠ ਸਮਝ ਆ ਗਿਆ ਹੋਏਗਾ। ਜੇ ਵੀਡੀਓ ਵੀ ਵਧੀ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।